ਇਹ ਵੀ ਪੰਡਾਲ ਦੇ ਵਿੱਚ ਪਹੁੰਚ ਰਹੇ ਨੇ ਬਾਬਾ ਸਾਹਿਬ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਔਰ ਸਾਡੀ ਐਸੋਸੀਏਸ਼ਨ ਦੇ ਅਹੁਦੇਦਾਰ ਸਾਹਿਬਾਨ ਪ੍ਰਧਾਨ ਜੀ ਗੁਰਵੀਰ ਸਿੰਘ ਜੀ, ਜਨਰਲ ਸੈਕਟਰੀ ਸਾਡੇ ਮਾਸਟਰ ਜਗਨਨਾਥ ਜੀ, ਮੇਰਾ ਨਾਮ ਜਗਜੀਤ ਸਿੰਘ ਜੌਹਲ ਹੈ ਔਰ ਮੈਂ ਜੈ ਪਿਓ ਯੂਥ ਕਲੱਬ ਦਾ ਚੇਅਰਮੈਨ ਹੈ। ਨਾਲ ਮੇਰੇ ਪ੍ਰਧਾਨ ਜੀ ਖੜ੍ਹੇ ਨੇ, ਇੱਧਰ ਸਾਡੇ ਸੁਰੇਸ਼ ਕੁਮਾਰ ਰਾਏ ਜੀ ਖੜ੍ਹੇ ਨੇ ਜੀ, ਜੋ ਕਿ ਹਲਕਾ ਇੰਚਾਰਜ ਨੇ BSP ਦੇ। ਅਸੀਂ ਜੈ ਪਿਓ ਯੂਥ ਕਲੱਬ ਵੱਲੋਂ ਇਹ ਪ੍ਰੋਗਰਾਮ ਦੇਖਿਆ ਜੀ। ਕੀ ਪ੍ਰੋਗਰਾਮ? ਪ੍ਰੋਗਰਾਮ ਇਹ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ 127ਵਾਂ ਜਨਮ ਦਿਹਾੜਾ ਅਸੀਂ ਮਨਾਉਣ ਜਾ ਰਹੇ ਹਾਂ ਜੀ। ਪਹਿਲਾਂ ਹਰ ਸਾਲ ਹੀ ਮਨਾਉਂਦੇ ਸੀ, ਲੇਕਿਨ ਜਿਹੜੀ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਆ ਉਹ ਸਾਡਾ ਇੱਥੇ ਪਹਿਲੀ ਵਾਰ ਹੈ ਜੀ, ਜਿਹਦੇ ਵਿੱਚ ਕਿ ਅਸੀਂ ਸਾਰੇ ਹੀ ਸ਼ਹਿਰ ਦੇ ਵਿੱਚ ਸਾਰੇ ਹੀ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਸ਼ੋਭਾ ਯਾਤਰਾ ਕੱਢਣ ਜਾ ਰਹੇ ਹਾਂ। ਸ਼ਾਨਦਾਰ ਸ਼ੋਭਾ ਯਾਤਰਾ ਸਰ, ਬਿਲਕੁਲ ਸ਼ਾਨਦਾਰ ਸ਼ੋਭਾ ਯਾਤਰਾ ਜੀ। ਇਹਦੇ ਵਿੱਚ ਨੱਚ ਪੁੱਤ ਕੇ ਅਸੀਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਜਾ ਰਹੇ ਹਾਂ। ਕੋਈ ਦੁਕਾਨਾਂ ਤਾਂ ਨਹੀਂ ਬੰਦ ਕਰਾਉਣਾ? ਨਾ ਨਾ, ਇਹ ਕਿਸੇ ਨੇ ਗਲਤ ਮੈਸੇਜ ਲਗਾਇਆ ਹੋਇਆ ਜੀ, ਕਿਉਂਕਿ ਸਾਡੇ ਲੋਕਾਂ ਨੂੰ ਪਾੜਨ ਵਾਸਤੇ ਇਹ ਕਿਸੇ ਸ਼ਰਾਰਤੀ ਅਨਸਰਾਂ ਦੇ ਮਤਲਬ ਕਿ ਇਹ ਕਾਰਨਾਮੇ ਆ। ਅਸੀਂ ਤਾਂ ਆਪਦੇ ਘਰ ਜੀ ਦੇ ਵਿਆਹ ਰੱਖਿਆ ਹੁੰਦਾ, ਉਹ ਲੜਾਈਆਂ ਕਿਸੇ ਨਾਲ ਕਿਉਂ ਕਰੇ? ਠੀਕ ਹੈ ਸਰ, ਤੁਸੀਂ ਅੰਬੇਡਕਰ ਜਯੰਤੀ ਨੂੰ ਧੂਮ ਤੜੱਕੇ ਨਾਲ ਮਨਾ ਰਹੇ? ਬਿਲਕੁਲ ਧੂਮ ਤੜੱਕੇ ਨਾਲ ਮਨਾ ਰਹੇ ਹਾਂ ਜੀ। ਰਹੀ ਗੱਲ ਸ਼ਹਿਰ ਦੇ ਵਿੱਚ ਦੁਕਾਨਾਂ ਬੰਦ ਕਰਾਉਣ ਦੀ, ਕਿਉਂਕਿ ਦੀਵਾਲੀ ਦੇ ਉੱਤੇ ਦੁਕਾਨਾਂ ਨਹੀਂ ਬੰਦ ਹੁੰਦੀਆਂ, ਰੋਸ਼ਨੀਆਂ ਲਗਾਈਆਂ ਜਾਂਦੀਆਂ ਹੁੰਦੀਆਂ। ਅੱਜ ਅਸੀਂ ਆਪਦੇ ਆਪਦੇ ਘਰਾਂ ਦੇ ਵਿੱਚ ਦੀਪਮਾਲਾ ਕਰਾਂਗੇ ਜੀ, ਔਰ ਲੋਕਾਂ ਨੂੰ ਮੈਸੇਜ ਵੀ ਦੇਵਾਂਗੇ ਵੀ ਸਭ ਨੂੰ ਦੀਪਮਾਲਾ ਕਰਨੀ ਚਾਹੀਦੀ ਹੈ, ਕਿਉਂਕਿ ਬਾਬਾ ਸਾਹਿਬ ਦੀ ਜੋ ਸੋਚ ਸੀਗੀ ਉਹ ਸੀਗੀ ਪੜ੍ਹੋ ਲਿਖੋ ਜੁੜੋ ਅਤੇ ਸੰਘਰਸ਼ ਕਰੋ। ਉਹਨਾਂ ਨੇ ਕਦੇ ਕਿਸੇ ਦੇਵੀ ਦੇਵਤ ਨੂੰ ਪੂਜਣ ਨੂੰ ਨਹੀਂ ਕਿਹਾ ਗਿਆ, ਉਹਨਾਂ ਨੇ ਕਿਹਾ ਗਿਆ ਸਭ ਤੋਂ ਵੱਡਾ ਦੇਵੀ ਦੇਵਤਾ ਉਹ ਕਿਤਾਬ ਹੈ, ਉਸ ਨੂੰ ਪੜ੍ਹ ਲਓ। ਮੈਂ ਜਗਦੀਪ ਸਿੰਘ ਗਹਿਰੀ, ਕੌਮੀ ਜਨਰਲ ਸਕੱਤਰ ਲੋਕ ਜਨਸ਼ਕਤੀ ਪਾਰਟੀ ਯੂਥ ਵਿੰਗ। ਅੱਜ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ 127ਵੇਂ ਜਨਮ ਦਿਨ ਨੂੰ ਮਨਾਉਂਦੇ ਹੋਏ ਅੱਜ ਅੰਬੇਡਕਰ ਸਾਹਿਬ ਦੇ ਪਾਰਕ ਵਿਖੇ ਬਠਿੰਡਾ ਵਿਖੇ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਫੁੱਲ ਅਰਪਣ ਕਰਕੇ ਬਾਬਾ ਸਾਹਿਬ ਦਾ ਜੋ ਅੱਜ ਦਾ 127ਵਾਂ ਜਨਮ ਦਿਨ ਆ, ਅਸੀਂ ਲੋਕ ਜਨਸ਼ਕਤੀ ਪਾਰਟੀ ਵੱਲੋਂ ਇਹ ਤਾਂ ਪੂਰੇ ਜ਼ੋਰ ਸ਼ੋਰ ਨਾਲ ਅਸੀਂ ਮਨਾਉਣ ਦਾ ਜਿਹੜਾ ਕੰਮ ਕੀਤਾ। ਅੱਜ ਬਾਬਾ ਸਾਹਿਬ ਦੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਜਨਮ ਦਿਨ 'ਤੇ ਅਸੀਂ ਸਮੁੱਚੇ ਵਰਗ ਨੂੰ, ਸਮੁੱਚੇ ਦੇਸ਼ ਨੂੰ ਅਸੀਂ ਸਭ ਤੋਂ ਪਹਿਲਾਂ ਲੱਖ ਲੱਖ ਵਧਾਈ ਦਿੰਦੇ ਹਾਂ, ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਪੂਰੇ ਦੇਸ਼ ਦੇ ਵਿੱਚ ਇੱਕ ਸੰਵਿਧਾਨ ਜੋ ਲਿਖਿਆ, ਜੋ ਹਰ ਵਰਗ ਦੇ ਲੋਕਾਂ ਨੂੰ ਬਰਾਬਰਤਾ ਦੇਣ ਦਾ, ਉਸ ਸੰਵਿਧਾਨ ਦੇ ਵਿੱਚ ਉਹਨਾਂ ਨੇ ਜੋ ਕੰਮ ਕੀਤਾ, ਇਸ ਕਰਕੇ ਅਸੀਂ ਬਾਬਾ ਸਾਹਿਬ ਦੇ ਜਨਮ ਦਿਨ ਦੀ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ। ਪਰ ਅਸੀਂ ਮੁਬਾਰਕਬਾਦ ਦੇਣ ਦੇ ਨਾਲ ਬਾਬਾ ਸਾਹਿਬ ਦੇ ਜਨਮ ਦਿਨ 'ਤੇ ਅੱਜ ਇੱਕ ਪੂਰੇ ਸਮਾਜ ਵੱਲੋਂ, ਦਲਿਤ ਸਮਾਜ ਵੱਲੋਂ ਇੱਕ ਚੇਤਾਵਨੀ ਵੀ ਦੇਣਾ ਚਾਹੁੰਦੇ ਹਾਂ ਕਿ ਬਾਬਾ ਸਾਹਿਬ ਦੇ ਜਨਮ ਦਿਨ 'ਤੇ ਜੋ ਸੰਵਿਧਾਨ ਨੂੰ ਜੋ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੰਵਿਧਾਨ 'ਤੇ ਜੋ ਡਾਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੰਵਿਧਾਨ ਦੇ ਨਾਲ ਜੋ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਕਦੇ ਵੀ ਦਲਿਤ ਸਮਾਜ ਕਦੇ ਬਰਦਾਸ਼ਤ ਨਹੀਂ ਕਰੂਗਾ। ਇਸ ਚੀਜ਼ ਦਾ ਜੋ ਸਾਹਮਣਾ 2 ਤਰੀਕ ਨੂੰ ਉਹਨਾਂ ਦੇ ਨੈਸ਼ਨਲ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ, ਜਿਹੜੇ ਸਾਡੇ ਨੈਸ਼ਨਲ ਪ੍ਰਧਾਨ ਨੇ, ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼, ਸਾਬਕਾ ਮੈਂਬਰ ਰਾਜ ਸਭਾ, ਔਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਅੱਜ ਪੂਰੇ ਦੇਸ਼ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਹਾੜੇ ਮਨਾ ਰਹੇ ਆ ਖੁਸ਼ੀਆਂ ਨਾਲ, ਅਤੇ ਮੈਂ ਸਾਰੇ ਸਰਕਾਰ ਨੇ ਇਸ਼ਾਰੇ 'ਤੇ ਸਾਡੇ ਸੰਵਿਧਾਨ ਨੂੰ ਬਦਲਣ ਦੀ ਸ਼ੁਰੂਆਤ ਕੀਤੀ। ਇਹਨਾਂ ਨੇ ਜਦੋਂ ਇਹ ਭਾਜਪਾ ਸਰਕਾਰ ਬਣੀ ਹੈ,
ਉਦੋਂ ਹੀ ਕਹਿ ਦਿੱਤਾ ਵੀ ਅਸੀਂ ਸੰਵਿਧਾਨ ਬਦਲਾਂਗੇ, ਲੇਕਿਨ ਇਹਨਾਂ ਦੇ ਨਾਲ ਦੀਆਂ ਸਹਿਮਤਵਾਦੀ ਪਾਰਟੀਆਂ ਉਹ ਵੀ ਬਰਾਬਰੀ ਹੈ, ਇਹ ਆਰ ਐੱਸ ਐੱਸ ਦੇ ਕਹੇ 'ਤੇ ਸੰਵਿਧਾਨ ਨੂੰ ਬਦਲਣਾ ਚਾਹੁੰਦੀਆਂ, ਲੇਕਿਨ ਪਹਿਲਾਂ ਇਹਨਾਂ ਨੇ ਹਾਈ ਕੋਰਟ ਰਾਹੀਂ ਜਿਹੜੀ ਪ੍ਰਮੋਸ਼ਨ ਵਿੱਚ ਰਿਜ਼ਰਵੇਸ਼ਨ ਸੀ ਮੁਲਾਜ਼ਮਾਂ ਦੀ, ਜਿਹੜੀ ਕਿ ਭੈਣ ਕੁਮਾਰੀ ਮਾਇਆਵਤੀ ਜੀ ਨੇ ਰਾਜ ਸਭਾ ਵਿੱਚ ਪੂਰੇ ਜ਼ੋਰ ਨਾਲ ਪਾਸ ਕਰਵਾਇਆ ਸੀ ਬਿੱਲ, ਉਹ ਪਾਰਲੀਮੈਂਟ ਵਿੱਚ ਪਾਸ ਹੋਣਾ ਸੀ, ਉਹ ਨਹੀਂ ਹੋਇਆ, ਅਤੇ ਇਹਨਾਂ ਨੇ ਹਾਈ ਕੋਰਟ ਰਾਹੀਂ ਜਾਣ ਬੁੱਝ ਕੇ ਇਹ 'ਤੇ ਸਟੇਅ ਦਵਾਇਆ, ਇਹਨੂੰ ਰੋਕਿਆ ਗਿਆ। ਉਸ ਤੋਂ ਬਾਅਦ ਹੁਣ ਮਾਨਯੋਗ ਸੁਪਰੀਮ ਕੋਰਟ ਰਾਹੀਂ ਇਹ ਜਿਹੜਾ ਸਾਡਾ ਐੱਸ ਸੀ ਐੱਸ ਟੀ ਐਟਰੋਸਿਟੀ ਐਕਟ ਸੀ, ਜਿਹੜਾ ਕਿ ਗਰੀਬਾਂ ਦਲਿਤਾਂ ਨੂੰ ਇੱਕ ਸਹਾਇਕ ਬਿੱਲ ਸੀ, ਜਿਹੜਾ ਜਦੋਂ ਤੱਕ ਐੱਸ ਸੀ ਐੱਸ ਟੀ ਐਟਰੋਸਿਟੀ ਐਕਟ ਲਾਗੂ ਨਹੀਂ ਹੋ ਜਾਂਦਾ ਬਹੁਜਨ ਸਮਾਜ ਪਾਰਟੀ ਉਦੋਂ ਤੱਕ ਸੰਘਰਸ਼ ਕਰਦੀ ਰਹੇਗੀ। ਜੇਕਰ ਅੱਜ ਕੱਲ੍ਹ ਇਹ ਜਿਹੜਾ ਸੰਘਰਸ਼ ਆ ਇਹਨਾਂ ਲੋਕਾਂ ਨੇ ਰੋਕਣਾ ਚਾਹੁੰਦੇ ਆ, ਇਹਨੂੰ ਹੱਲਾ ਕਰਨਾ ਚਾਹੁੰਦੇ ਆ, ਤਾਂ ਬਹੁਤ ਜਲਦੀ ਜਿਹੜਾ ਐੱਸ ਸੀ ਐੱਸ ਟੀ ਐਕਟ ਜਿਹੜਾ ਇਹਨੂੰ ਲਾਗੂ ਕਰਨ। ਔਰ ਮੈਂ ਇਸ ਗੱਲ ਦੀ ਵੀ ਵਿਰੋਧਤਾ ਕਰਦਾ, ਅੱਜ 14 ਅਪ੍ਰੈਲ ਆ, 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਛੁੱਟੀ ਪੂਰੀ ਦੁਨੀਆ ਵਿੱਚ ਮਨਾਈ ਜਾਂਦੀ ਹੈ, ਲੇਕਿਨ ਇਹ ਆਪਣੇ ਇਸ ਅਮਰਿੰਦਰ ਸਰਕਾਰ ਨੇ ਇੱਕ ਨਵੀਂ ਹੀ ਇੱਕ ਚਿੱਠੀ ਕੱਢ ਕੇ ਇਹ ਜਿਹੜੇ ਮੁਲਾਜ਼ਮ ਸੀ ਜਾਂ ਮੁਲਾਜ਼ਮ ਮਾਸਟਰ ਜਾਂ ਆਂਗਨਵਾੜੀ ਟੀਚਰ ਜਾਂ ਆਂਗਨਵਾੜੀ ਵਰਕਰ ਓਵਰ ਜਾਂ ਆਸ਼ਾ ਵਰਕਰ ਜਾਂ ਪ੍ਰਾਇਮਰੀ ਟੀਚਰ ਜਾਂ ਹੈਲਥ ਟੀਚਰ, ਇਹਨਾਂ ਨੂੰ ਕਹਿ ਦਿੱਤਾ ਬਈ ਤੁਸੀਂ ਪਿੰਡਾਂ ਵਿੱਚ ਇੱਕ ਵਿਸ਼ੇਸ਼ ਅਭਿਆਨ ਛੇੜਨਾ ਆ, ਤੁਹਾਨੂੰ ਕੋਈ ਛੁੱਟੀ ਨਹੀਂ ਹੈ, 10 ਵਜੇ ਤੋਂ ਲੈ ਕੇ 12-1 ਵਜੇ ਤੱਕ ਲੋਕਾਂ ਨੂੰ ਮੀਟਿੰਗਾਂ ਕਰਕੇ ਸਮਝਾਉਣਾ ਆ। ਇਹ ਗਲਤ ਗੱਲ ਆ, ਇਹ ਇੱਕ ਧੋਖਾ ਆ, ਕਿਉਂਕਿ ਅਸੀਂ ਇਹਦੀ ਸਰਕਾਰ ਦੀ ਨਿੰਦਿਆ ਕਰਦੇ ਹਾਂ, ਕਿਉਂਕਿ ਇਹ ਬਿਲਕੁਲ ਛੁੱਟੀ ਹੋਣੀ ਚਾਹੀਦੀ ਸੀ, ਲੋਕ ਖੁਸ਼ੀਆਂ ਨਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਨਮਦਿਨ ਮਨਾਉਣਾ ਚਾਹੁੰਦੇ ਆ। ਸਵਾਲ ਜਿਹੜਾ 10 ਤਰੀਕ ਨੂੰ ਜਨਰਲ ਸਮਾਜ ਨੇ ਬੰਦ ਕੀਤਾ ਐਸੀ ਐਕਟ ਦੇ ਮੁਤਾਬਿਕ, ਉਹਦੇ ਬਾਰੇ ਕੀ ਕਹੋਗੇ, ਤੇ ਜਦੋਂ ਵੀ ਬੰਦ ਹੁੰਦਾ ਉਹਦੇ ਨਾਲ ਪਬਲਿਕ ਨੂੰ ਬਾਰਾ ਨੁਕਸਾਨ ਹੁੰਦਾ, ਉਹਦੇ ਬਾਰੇ ਕੀ? ਕੋਈ ਵੀ ਬੰਦ ਕਰਦਾ 10 ਤਰੀਕ ਨੂੰ ਜਿਹੜਾ ਜਨਰਲ ਸਮਾਜ ਨੇ ਇੱਕ ਸੱਦਾ ਦਿੱਤਾ ਸੀ ਵੀ ਅਸੀਂ ਬੰਦ ਕਰਨਾ, ਉਹ ਬੰਦ ਕਿਹਾ ਸੀ ਵੀ ਐਸ ਸੀ ਐਸ ਟੀ ਐਕਟ ਜਿਹੜਾ ਆ ਇਹ ਨਹੀਂ ਹੋਣਾ ਚਾਹੀਦਾ, ਉਹਨਾਂ ਦਾ ਇਹ ਸੱਦਾ ਸੀ, ਔਰ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ, ਇਹ ਉਹਨਾਂ ਦਾ ਸੱਦਾ ਸੀ। ਇਹਦੇ 'ਚ ਸਾਰੀਆਂ ਪਾਰਟੀਆਂ ਦਾ ਚਿਹਰਾ ਨੰਗਾ ਹੋ ਗਿਆ, ਉਹਦੇ ਵਿੱਚ ਭਾਜਪਾ ਵੀ ਮੋਹਰੇ ਆਏ, ਕਾਂਗਰਸ ਦੇ ਕੁਛ ਨੇਤਾ ਵੀ ਅੱਗੇ ਆਏ, ਔਰ ਭਾਜਪਾ ਦੇ ਨਾਲ ਨਾਲ ਅਕਾਲੀ ਦਲ ਦੇ ਕੁਛ ਜਥੇਦਾਰ ਵੀ ਅੱਗੇ ਆਏ, ਅਤੇ ਆਹ ਪਾਰਟੀ ਦੇ ਲੋਕ ਵੀ ਨਾਲ ਸੀ, ਜਿਹੜੀ ਜਨਰਲ ਕੈਟਾਗਰੀ ਦੇ ਲੋਕ ਉਹ ਸਾਰੇ ਇਕੱਠੇ ਹੋ ਕੇ ਬੰਦ ਕਰਾ ਰਹੇ ਸੀ, ਤਾਂ ਇਹਦਾ ਵੈਸੇ ਤਾਂ ਵਿਰੋਧ ਹੋਇਆ ਔਰ ਪੂਰੇ ਪੰਜਾਬ ਵਿੱਚ ਬੰਦ ਨਹੀਂ ਹੋ ਸਕਿਆ, ਲੇਕਿਨ